ਦੋਸਤੋ ਵੈਲਕਮ ਕਰਦੇ ਹਾਂ ਤੁਹਾਡੇ ਪੰਜਾਬ ਜੋਬ ਸਰਚ ਯੂਟਿਊਬ ਚੈਨਲ ਵਿੱਚ। ਅੱਜ ਵਾਲੀ ਵੀਡੀਓ ਵਿੱਚ ਗੋਆ ਸਪ੍ਰਾਈਟ ਲਿਮਿਟਡ ਦੇ ਵਿੱਚ ਨਵੀਆਂ ਪੋਸਟਾਂ ਆ ਚੁੱਕੀਆਂ। ਅਗਰ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਚਾਹੁੰਦੇ ਹੋ, ਇਹਨਾਂ ਪੋਸਟਾਂ ਬਾਰੇ ਸਾਰੀ ਸਹੀ ਅਤੇ ਸਟੀਕ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਆ, ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੇਂ ਨਵੇਂ ਸਰਕਾਰੀ ਨੌਕਰੀਆਂ, ਸਰਕਾਰੀ ਸਹੂਲਤਾਂ ਦੀ ਸਹੀ ਅਤੇ ਸਟੀਕ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ। ਤੁਸੀਂ ਸਾਡੇ ਵਟਸਐਪ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਅੱਜ ਦੀ ਮੇਨ ਅਪਡੇਟ ਦੇ ਉੱਪਰ। ਅਪਡੇਟ ਦੇ ਉੱਪਰ ਆ ਚੁੱਕੇ ਹਾਂ, ਤੁਸੀਂ ਦੇਖ ਸਕਦੇ ਹੋ ਗੋਆ ਸਪ੍ਰਾਈਟ ਲਿਮਿਟਡ ਦੇ ਵਿੱਚ ਨੌਨ ਐਗਜੀਕਿਊਟਿਵ ਰਿਕਰੂਟਮੈਂਟ 2024 ਦੀਆਂ 106 ਨਵੀਆਂ ਪੋਸਟਾਂ ਵਾਸਤੇ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਆ। ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਇਹਦੇ ਵਿੱਚ ਐਪਲੀਕੇਸ਼ਨ ਫੀਸ ਹੋਵੇਗੀ, ਆਲ ਅਦਰ ਕੈਂਡੀਡੇਟਸ ਵਾਸਤੇ 200 ਰੁਪਇਆ ਫੀਸ ਰੱਖੀ ਗਈ ਆ, ਐੱਸਸੀ ਐੱਸਟੀ ਪੀਡਬਲਿਊਡੀ ਐਕਸ ਸਰਵਿਸਮੈਨ ਵਾਸਤੇ ਕੋਈ ਵੀ ਜਿਹੜੀ ਫੀਸ ਨਹੀਂ ਰੱਖੀ ਗਈ। ਤੁਸੀਂ ਆਪਣੀ ਫੀਸ ਨੂੰ ਆਨਲਾਈਨ ਮੈਥਡ ਨਾਲ ਫੀਸ ਪੇ ਕਰ ਸਕਦੇ ਹੋ। ਜਿਹੜੀ ਤੁਹਾਡੀ ਇੰਪੋਰਟੈਂਟ ਡੇਟਸ ਹੋਵੇਗੀ, ਤੁਸੀਂ 28/2/2024 ਤੋਂ ਲੈ ਕੇ 27/3/2024 ਤੱਕ ਇਹਨਾਂ ਪੋਸਟਾਂ ਦੇ ਫੋਰਮ ਅਪਲਾਈ ਕਰ ਸਕਦੇ ਹੋ। ਅਸਿਸਟੈਂਟ ਸੁਪਰਡੈਂਟ ਦੀਆਂ 2 ਪੋਸਟਾਂ 37 ਸਾਲ ਤੱਕ ਅਪਲਾਈ ਕਰ ਸਕਦੇ ਹੋ। ਜਿਹੜੀ ਤੁਹਾਡੀ ਯੋਗਤਾ ਰੱਖੀ ਗਈ ਆ BBA ਜਾਂ ਐਨੀ ਡਿਗਰੀ ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਨੇ। ਅਸਿਸਟੈਂਟ ਸੁਪਰਡੈਂਟ ਹਿੰਦੀ ਟਰਾਂਸਲੇਟਰ ਦੀਆਂ 1 ਪੋਸਟਾਂ 33 ਸਾਲ ਤੱਕ ਅਪਲਾਈ ਕਰ ਸਕਦੇ ਹੋ। ਜਿਹੜੇ ਉਮੀਦਵਾਰਾਂ ਨੇ ਡਿਗਰੀ ਕੀਤੀ ਆ ਹਿੰਦੀ ਦੇ ਵਿੱਚ, ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ। ਉਸ ਤੋਂ ਬਾਅਦ ਅਸਿਸਟੈਂਟ ਸੁਪਰਡੈਂਟ CS ਦੀ 1 ਪੋਸਟਾਂ 33 ਸਾਲ ਤੱਕ ਅਪਲਾਈ ਕਰ ਸਕਦੇ ਹੋ। ਗ੍ਰੈਜੂਏਟ ਪਾਸ ਉਮੀਦਵਾਰ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ। ਉਸ ਤੋਂ ਬਾਅਦ ਟੈਕਨੀਕਲ ਅਸਿਸਟੈਂਟ ਇਲੈਕਟ੍ਰੀਕਲ ਦੀਆਂ 4 ਪੋਸਟਾਂ 33 ਸਾਲ ਤੱਕ ਅਪਲਾਈ ਕਰ ਸਕਦੇ ਹੋ। ਜਿਹੜੇ ਉਮੀਦਵਾਰਾਂ ਨੇ ਇਲੈਕਟ੍ਰੀਕਲ ਦੇ ਵਿੱਚ ਡਿਪਲੋਮਾ ਕੀਤਾ, ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ। ਟੈਕਨੀਕਲ ਅਸਿਸਟੈਂਟ ਦੀ 1 ਪੋਸਟਾਂ 33 ਸਾਲ ਤੱਕ ਅਪਲਾਈ ਕਰ ਸਕਦੇ। ਜਿਹੜੇ ਉਮੀਦਵਾਰਾਂ ਨੇ ਡਿਪਲੋਮਾ ਕੀਤਾ ਇੰਸਟਰੂਮੈਂਟ ਇੰਜੀਨੀਅਰ ਦਾ, ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ। ਉਸ ਤੋਂ ਬਾਅਦ ਟੈਕਨੀਕਲ ਅਸਿਸਟੈਂਟ ਮਕੈਨੀਕਲ ਦੀਆਂ 4 ਪੋਸਟਾਂ 33 ਸਾਲ ਤੱਕ ਅਪਲਾਈ ਕਰ ਸਕਦੇ ਹੋ। ਜਿਹੜੇ ਉਮੀਦਵਾਰਾਂ ਨੇ ਡਿਪਲੋਮਾ ਕੀਤਾ ਮਕੈਨੀਕਲ ਇੰਜੀਨੀਅਰ ਦੇ ਵਿੱਚ, ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ। ਉਸ ਤੋਂ ਬਾਅਦ ਅਸਿਸਟੈਂਟ ਟੈਕਨੀਕਲ ਅਸਿਸਟੈਂਟ ਦੀਆਂ 20 ਪੋਸਟਾਂ 33 ਸਾਲ ਤੱਕ ਅਪਲਾਈ ਕਰ ਸਕਦੇ ਹੋ। ਜਿਹੜੇ ਉਮੀਦਵਾਰਾਂ ਨੇ ਡਿਪਲੋਮਾ ਕੀਤਾ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ। ਟੈਕਨੀਕਲ ਅਸਿਸਟੈਂਟ ਸਿਵਲ ਦੀ 1 ਪੋਸਟਾਂ 33 ਸਾਲ ਤੱਕ ਅਪਲਾਈ ਕਰ ਸਕਦੇ ਹੋ। ਜਿਹੜੇ ਉਮੀਦਵਾਰਾਂ ਨੇ ਡਿਪਲੋਮਾ ਕੀਤਾ ਸਿਵਲ ਇੰਜੀਨੀਅਰ ਦਾ, ਉਹ ਇਹਨਾਂ ਪੋਸਟਾਂ ਨੂੰ ਅਪਲਾਈ। ਉਸ ਤੋਂ ਬਾਅਦ ਆਫਿਸ ਅਸਿਸਟੈਂਟ ਸਟਾਫ ਦੀਆਂ 32 ਪੋਸਟਾਂ 36 ਸਾਲ ਤੱਕ ਅਪਲਾਈ ਕਰ ਸਕਦੇ ਹੋ। ਐਨੀ ਡਿਗਰੀ ਵਾਲੇ ਅਪਲਾਈ ਕਰ ਸਕਦੇ ਨੇ। ਆਫਿਸ ਅਸਿਸਟੈਂਟ ਫਾਈਨਾਂਸ AI ਦੀਆਂ 6 ਪੋਸਟਾਂ 33 ਸਾਲ ਤੱਕ ਅਪਲਾਈ ਕਰ ਸਕਦੇ ਹੋ। ਐਨੀ ਡਿਗਰੀ ਜਾਂ ਡਿਗਰੀ ਕਮਰਸ ਵਾਲੇ ਅਪਲਾਈ ਕਰ ਸਕਦੇ ਨੇ। ਉਸ ਤੋਂ ਬਾਅਦ ਪੇਂਟਰ ਦੀਆਂ 20 ਪੋਸਟਾਂ 36 ਸਾਲ ਤੱਕ ਅਪਲਾਈ ਕਰ ਸਕਦੇ ਹੋ। ਜਿਹੜੀ ਤੁਹਾਡੀ ਯੋਗਤਾ ਵਾ 10ਵੀਂ ਪਾਸ ਰੱਖੀ ਗਈ ਆ। ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਿਵੇਂ ਕਰਨਾ? ਤੁਹਾਨੂੰ ਇਹਨਾਂ ਪੋਸਟਾਂ ਦਾ ਅਪਲਾਈ ਲਿੰਕ ਮੇਰੇ ਵਟਸਐਪ ਚੈਨਲ ਦੇ ਵਿੱਚ ਮਿਲ ਜਾਵੇਗਾ। ਵਟਸਐਪ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਉੱਥੇ ਖੁਦ ਘਰ ਬੈਠੇ ਤੁਸੀਂ ਇਹਨਾਂ ਪੋਸਟਾਂ ਦੇ ਫੋਰਮ ਅਪਲਾਈ ਕਰ ਸਕਦੇ ਹੋ। ਬਾਕੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੀ ਜਾਣਕਾਰੀ ਪਹਿਲਾਂ ਫ੍ਰੀ ਅਤੇ ਸਮੇਂ ਸਿਰ ਲੈਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਦੇਖਣ ਲਈ, ਵੀਡੀਓ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਏ ਬਾਏ। ਜੈ ਹਿੰਦ।